ਨਮਸਕਾਰ, ਤੁਸੀਂ ਦੇਖ ਰਹੇ ਹੋ ਇੰਡੀਆ ਕ੍ਰਾਈਮ ਨਿਊਜ਼। ਨੋਵਲ ਕੋਰੋਨਾ ਵਾਇਰਸ ਦੀ ਬਿਮਾਰੀ ਨੂੰ ਲੈ ਕੇ ਪੰਜਾਬ ਭਰ ਵਿੱਚ ਲੱਗੇ ਜਨਤਕ ਕਰਫਿਊ ਦੌਰਾਨ ਕਾਦੀਆਂ ਅਤੇ ਹਰਚੋਵਾਲ ਸ਼ਹਿਰ ਮੁਕੰਮਲ ਬੰਦ ਰਿਹਾ। ਸ਼ਹਿਰ ਕਾਦੀਆਂ ਦੇ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਅਤੇ ਵੱਖ-ਵੱਖ ਥਾਵਾਂ 'ਤੇ ਨਾਕੇਬੰਦੀ ਕਰਕੇ ਇਸ ਕਰਫਿਊ ਨੂੰ ਮਜ਼ਬੂਤ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਬੀਤੇ 2 ਦਿਨਾਂ ਤੋਂ ਲਗਭਗ ਹੋ ਰਹੇ ਜਨਤਕ ਕਰਫਿਊ ਦੌਰਾਨ ਅੱਜ ਦਾ ਇਹ ਕਰਫਿਊ ਸਭ ਤੋਂ ਭਾਰੀ ਨਜ਼ਰ ਆਇਆ, ਜਿਸ ਵਿੱਚ ਕੋਈ ਵੀ ਵਿਅਕਤੀ ਸੜਕ 'ਤੇ ਉਤਰ ਚੱਲਦਾ ਫਿਰਦਾ ਹੋਇਆ ਨਜ਼ਰ ਨਹੀਂ ਆਇਆ। ਜੇਕਰ ਕੋਈ ਵੀ ਸ਼ਹਿਰ ਅੰਦਰ ਵਿਅਕਤੀ ਵਿੱਚ ਇਸ ਕਰਫਿਊ ਦੀ ਉਲੰਘਣਾ ਕਰਦਾ ਨਜ਼ਰ ਆਇਆ ਤਾਂ ਪੁਲਿਸ ਵੱਲੋਂ ਉਸ ਉੱਪਰ ਕਾਰਵਾਈ ਕੀਤੀ ਜਾ ਰਹੀ ਹੈ। ਕਾਦੀਆ ਤੋਂ ਰਿਪੋਰਟਰ ਰਾਜਵੀਰ ਕੌਰ ਦੀ ਖਾਸ ਰਿਪੋਰਟ, ਦੇਖਦੇ ਰਹੋ ਇੰਡੀਆ ਕ੍ਰਾਈਮ ਨਿਊਜ਼। ਕੀ ਮਾਹੌਲ ਹੈ ਸਵੇਰ ਦਾ? ਬਿਲਕੁਲ ਜੀ, ਜਿਉਂ ਦਾ ਤਿਉਂ ਆ। ਜੋ ਪੰਜਾਬ ਸਰਕਾਰ ਜਾਂ ਆਪਣੇ ਸੈਂਟਰ ਸਰਕਾਰ ਦੇ ਹੁਕਮ ਦੇ ਲਾਗੂ ਕਰਦੇ ਹੋਏ ਕਿਸੇ ਚੀਜ਼ ਦਾ ਕੋਈ ਵੀ ਆਪਾਂ ਨੂੰ ਨਹੀਂ ਖੁੱਲ੍ਹ ਨਹੀਂ ਆ, ਜਿਵੇਂ ਹੀ ਹੁਕਮ ਆ ਰਹੇ ਆ ਉਸੇ ਤਰੀਕੇ ਨਾਲ ਚੱਲ ਰਿਹਾ, ਬਿਲਕੁਲ ਸ਼ਾਂਤਮਈ ਆ। ਇਹ ਕਾਦੀਆਂ ਦੇ ਵਿੱਚ ਤਾਂ ਬਿਲਕੁਲ ਹੀ ਆਪਣਾ ਕੋਈ ਵੀ ਇਹੋ ਜਿਹੀ, ਚਲੋ ਪਬਲਿਕ ਵੀ ਸਾਡੇ ਨਾਲ ਸਾਥ ਦੇ। ਇੰਡੀਆ ਕ੍ਰਾਈਮ ਨਿਊਜ਼। ਜ਼ੁਲਮ ਕੇ